interested can query either along with the help of DSP Cyber Shri Amarpal Singh and SHO 02 Shri Omkar Kaur. ਇਹਦੇ ਵਿੱਚ ਇਹ ਇੰਟਰਸਟੇਟ ਓਪਰੇਟ ਕਰਦੇ ਸੀਗੇ ਲੋਕਾਂ ਨੂੰ ਫੋਨ ਕਰਕੇ ਵਟਸਐਪ ਦੀ ਕਾਲਾਂ ਰਾਹੀਂ ਜਿਹੜੇ ਪੂਅਰ ਪੇਸ਼ੈਂਟਸ ਨੇ ਆਪਣੇ ਕੋਰੋਨਾ ਮਹਾਮਾਰੀ ਦੇ ਦੌਰ 'ਚ ਗੁਜ਼ਰ ਰਹੇ ਨੇ ਜਾਂ ਬਲੈਕ ਫੋਨ ਦੇ ਦੌਰ 'ਚ ਗੁਜ਼ਰ ਰਹੇ ਨੇ ਉਹਨਾਂ ਨੂੰ ਕਾਲ ਕਰਕੇ ਝੂਠੀ ਉਮੀਦ ਬੰਨਦੇ ਸੀਗੇ ਕਿ ਅਸੀਂ ਤੁਹਾਨੂੰ ਇੰਜੈਕਸ਼ਨ ਪ੍ਰੋਵਾਈਡ ਕਰਾਵਾਂਗੇ ਅਸੀਂ ਤੁਹਾਨੂੰ ਮੈਡੀਸਿਨ ਪ੍ਰੋਵਾਈਡ ਕਰਾਵਾਂਗੇ ਲੇਕਿਨ ਇਹਨਾਂ ਦੇ ਕੋਈ ਸਾਧਨ ਨਹੀਂ ਸੀਗਾ ਜਿਹਦੇ ਰਾਹੀਂ ਇਹ ਪ੍ਰੋਵਾਈਡ ਕਰ ਸਕਦੇ ਨੇ ਇਹ ਫਿਰ ਉਹਨਾਂ ਤੋਂ ਪੈਸੇ ਪਵਾ ਕੇ ਆਪਣੇ ਖਾਤਿਆਂ 'ਚ ਫੇਕ ਹੁੰਦੇ ਸੀ ਆਪਣੇ ਉਹਨਾਂ ਨੂੰ ਕਾਲਸ ਕਰਨੀਆਂ ਬੰਦ ਕਰ ਦਿੰਦੇ ਸੀ ਇਹਨਾਂ ਦਾ ਕਿਸੇ ਵੀ ਅਸੀਂ ਮੈਡੀਕਲ ਫੈਕਟਰੀ ਦੇ ਨਾਲ ਫਾਰਮੇਸੀ ਨਾਲ ਕੰਟੈਕਟ ਨਹੀਂ ਸੀਗਾ ਸੋ ਇਹ ਲੋਕਾਂ ਨੂੰ ਲੁੱਟ ਰਹੇ ਸੀਗੇ ਔਰ ਮੈਂ ਕਹਿਣਾ ਚਾਹੁੰਦਾ ਕਿ ਕ੍ਰਿਮੀਨੈਲਿਟੀ ਦੇ ਨਾਲ ਇਸ ਵੇਲੇ ਕ੍ਰਿਮੀਨੈਲਿਟੀ ਵੀ ਕਰ ਰਹੇ ਸੀਗੇ ਵਿਚ ਇਜ਼ ਅ ਵੈਰੀ ਵੈਰੀ ਬੈਡ ਥਿੰਗ ਇਸ ਦੇ ਵਿੱਚ ਆਪਣੇ ਸਾਈਬਰ ਸੈੱਲ ਦੇ ਵਿੱਚ ਸਾਈਬਰ ਐਜੂਕੇਸ਼ਨ ਸੈੱਲ ਵੀ ਬਣਾ ਚੁੱਕੇ ਹਾਂ ਇਸ ਪਾਰਟ ਉਹਦੇ ਰਾਹੀਂ ਅਸੀਂ ਸਕੂਲਾਂ ਕਾਲਜਾਂ ਜਿਹੜੇ ਵੀ ਜਿੱਥੇ ਵੀ ਲੋਕ ਇਕੱਠੇ ਹੁੰਦੇ ਆ ਅਸੀਂ ਉੱਥੇ ਇਨਫੋਰਮੇਸ਼ਨ ਦੇ ਰਹੇ ਹਾਂ ਔਰ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਪੇਜਸ ਨੇ ਮੋਹਾਲੀ ਪੁਲਿਸ ਦੇ ਅਸੀਂ ਉਹਨਾਂ ਦੇ ਰਾਹੀਂ ਲਗਾਤਾਰ ਮਾਨੇ ਕੰਟੀਨਿਊਸ ਬੇਸਿਸ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਉਹਦੀ ਵੀ ਸ਼ੇਅਰ ਨਹੀਂ ਕਰਨਾ ਕਿਸੇ ਅਨਨੋਨ ਬੰਦੇ ਨਾਲ ਗੱਲ ਨਹੀਂ ਕਰਨੀ ਹੈ ਕੋਈ ਆਉਂਦਾ ਹੈ ਤਾਂ ਪੁਲਿਸ ਦੀ ਨੌਲੇਜ ਲੈ ਕੇ ਆਉਣਾ ਹੈ ਐਂਡ ਇਹਦੇ ਵਿੱਚ ਵੀ ਆਰ ਆਲ ਅਲਰਟਲੀ ਯੂ ਨੋ ਟੈਕਲਿੰਗ ਦ ਸਾਈਬਰ ਇਹਨਾਂ ਦਾ ਜਿਹੜਾ ਸਰਚ ਆਪਰੇਸ਼ਨ ਸੀਗਾ ਦੈਟ ਵਾਸ ਵੈਰੀ ਵਾਈ ਹਰਿਆਣਾ ਪੰਜਾਬ ਹੋ ਗਿਆ ਯੂਪੀ ਹੋ ਗਿਆ ਝਾਰਖੰਡ ਹੋ ਗਿਆ ਉੜੀਸਾ ਹੋ ਗਿਆ ਸੋ ਅਸੀਂ ਉਹਨਾਂ ਦੀਆਂ ਸਟੇਟ ਪੁਲਿਸ ਫੋਰਸਿਸ ਨਾਲ ਵੀ ਆਰ ਇਨ ਕੰਸਟੈਂਟ ਟੱਚ ਐਂਡ ਅਸੀਂ ਉਹਨਾਂ ਦੀ ਮਦਦ ਲੈ ਕੇ ਜਿਹੜੇ ਲੋਕਾਂ ਦੇ ਪੈਸੇ ਦੀ ਠੱਗੀ ਹੋਈ ਹੈ ਉਹ ਪੰਜਾਬ ਪੁਲਿਸ ਉਹਨਾਂ ਦੇ ਪੈਸੇ ਵਾਪਸ ਇਹ ਹਾਲੇ ਸਾਡੇ ਕੋਲ ਰਿਮਾਂਡ 'ਤੇ ਨੇ ਜੀ ਦੇ ਆਰ ਵਿਦ ਅਸ ਫੋਰ ਅ ਫਿਊ ਡੇਜ਼ ਅਸੀਂ ਉਹਨਾਂ ਨੂੰ ਅੱਗੇ ਦੇਖਦੇ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ